ਪੰਜਾਬ ਟੀਵੀ ਦੇਖ ਰਹੇ ਹੋ ਤੇ ਮੈਂ ਜਗਦੀਪ ਸਿੰਘ। ਅਸੀਂ ਇਸ ਵੇਲੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਮੀਮਸਾ ਦੇ ਵਿੱਚ ਹੈਗੇ ਹਾਂ। ਇਸ ਪਿੰਡ ਦੀ ਇੱਕ ਅਨੋਖੀ ਕਹਾਣੀ ਆ ਕਿ ਇਹ ਪਿੰਡ 12 ਸਾਲ ਬਾਅਦ ਉੱਜੜਦਾ। ਤੁਸੀਂ ਵੀ ਹੈਰਾਨ ਹੋਵੋਗੇ ਸੁਣ ਕੇ ਕਿ ਪਿੰਡ ਉੱਜੜਦਾ ਕਿਉਂ ਆ, ਤੇ ਨਾ ਤੇ ਅੱਜ ਕੱਲ੍ਹ ਕੋਈ ਯੁੱਧ ਚੱਲਦੇ ਨੇ, ਨਾ ਕੋਈ ਹੋਰ ਮਤਲਬ ਇਹੋ ਜਿਹਾ ਮਾਹੌਲ ਹੁੰਦਾ ਕਿ ਪਿੰਡ ਨੂੰ ਉੱਜੜਨਾ ਪਵੇ, ਪਰ ਇੱਕ ਸੱਚਾਈ ਆ। ਪਿੰਡ ਦੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਕਿ 12 ਸਾਲਾਂ ਬਾਅਦ ਪਿੰਡ ਉੱਜੜਦਾ, ਅਤੇ ਅਸੀਂ ਇੱਕ ਇੱਥੋਂ ਸਮਾਧ ਹੈ ਉਹਤੇ ਪੂਜਾ ਕਰਦੇ ਹਾਂ। ਉਹ ਪੂਜਾ ਕਿਉਂ ਕਰਦੇ ਨੇ, ਪਿੰਡ ਕਿਉਂ ਉੱਜੜਦਾ, ਅਸੀਂ ਇਹ ਪੂਰੀ ਵਾਰਤਾਲਾਪ ਪਿੰਡ ਦੇ ਲੋਕਾਂ ਨਾਲ ਕਰਾਂਗੇ। ਅਸੀਂ ਲੈ ਕੇ ਚੱਲਦੇ ਹਾਂ ਤੁਹਾਨੂੰ ਮੀਮਸਾ ਪਿੰਡ ਦੀ ਸੱਥ ਦੇ ਵਿੱਚ। ਮੇਰੇ ਨਾਲ ਮੇਰੇ ਸਹਿਯੋਗੀ ਦਰਸ਼ਨ ਸਿੰਘ ਅਤੇ ਪਾਲ ਪਲਾਸੌਰ ਨੇ। ਅਸੀਂ ਪੂਰੀ ਪਿੰਡ ਦੇ ਲੋਕਾਂ ਤੋਂ ਇਹ ਕਹਾਣੀ ਤੁਹਾਨੂੰ ਸੁਣਾਵਾਂਗੇ, ਦਿਖਾਵਾਂਗੇ ਉਹਨਾਂ ਲੋਕਾਂ ਦਾ ਹਾਲ, ਉਹਨਾਂ ਦੀ ਜ਼ਿੰਦਗੀ ਦੀਆਂ ਗੱਲਾਂ। ਪਿੰਡ ਮੀਮਸਾ, ਤੁਸੀਂ ਚੱਲੋ ਪਿੰਡ ਮੀਮਸਾ ਦੇ ਉਹਨਾਂ ਬਜ਼ੁਰਗਾਂ ਦੇ ਕੋਲ ਲੈ ਕੇ ਚੱਲਦੇ ਹਾਂ ਅਤੇ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਲੋਕਾਂ ਦੀਆਂ ਗੱਲਾਂ। ਸਤਿ ਸ਼੍ਰੀ ਅਕਾਲ ਬਜ਼ੁਰਗ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਬਾਬਾ ਜੀ, ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਜਿਹੜਾ 12 ਸਾਲਾਂ ਤੋਂ ਠੀਕ ਹੈ ਸਰ, ਬਾਬਾ ਜੀ ਅੱਜ ਆਪਾਂ ਗੱਲਬਾਤ ਕਰਾਂਗੇ ਕਿ 12 ਸਾਲ ਬਾਅਦ ਇਹ ਪਿੰਡ ਇੱਕ ਵਾਰੀ ਕਹਿੰਦੇ ਵੀ ਉੱਜੜਦਾ ਅਤੇ ਉੱਜੜ ਕੇ ਫਿਰ ਵੱਸਦਾ, ਇਹ ਕੀ ਪ੍ਰਥਾ ਹੈ ਅਤੇ ਕੀ ਗੱਲਬਾਤ ਹੈ, ਅਤੇ ਆਪਾਂ ਦਰਸ਼ਕਾਂ ਨਾਲ ਸਾਰੀ ਸਾਂਝੀ ਕਰਾਂਗੇ। ਇਹ ਹੈ ਜੀ ਵੀ ਸਾਡਾ ਪਿੰਡ ਤਾਮਕੋਟ ਸੀਗਾ, ਜ਼ਿਲ੍ਹਾ ਬਠਿੰਡਾ 'ਚ, ਉੱਥੇ ਅਜੇ ਵੀ ਉਹ ਹੈਗੀ ਦੇਖਣ ਨੂੰ, ਜਿਹੜੀ ਥੇ ਹੈ ਨਾ ਬਣੀ ਹੋਈ ਪਿੰਡ, ਤਾਂ ਉਹ ਢਹਿ ਢੂਹ ਗਿਆ ਹੁਣ, ਉੱਥੇ ਜਿਹੜੀ ਜਗ੍ਹਾ ਹੈ ਉੱਥੇ ਥੇ ਬਣੀ ਹੋਈ ਹੈ, ਤਾਮਕੋਟ ਡਿਸਟ੍ਰਿਕਟ ਬਠਿੰਡੇ 'ਚ। ਸਾਡਾ ਪਹਿਲਾਂ ਉੱਥੇ ਰਹਿੰਦੇ ਸੀਗੇ ਅਸੀਂ, ਉੱਥੇ ਮਤਲਬ ਜਿਹੜੇ ਸਾਡੇ ਬਜ਼ੁਰਗ ਤੇ ਕਈ 100 ਸਾਲ ਪਹਿਲਾਂ ਜਦ ਤੋਂ ਇਹ ਪਿੰਡ ਵੱਜਿਆ, ਇਹ 6-7 ਭਾਈ ਸੀਗੇ। ਇਹ ਉੱਥੇ ਧੱਕਾ ਵੀ ਕਰਦੇ ਤੇ, ਜਿਵੇਂ ਆਪਾਂ ਪਿੰਡਾਂ 'ਚ ਹੁੰਦੀਆਂ ਨੇ ਪਾਰਟੀਬਾਜ਼ੀਆਂ। ਇੱਕ ਚਹਿਲਗੋਤੀ ਉੱਥੇ, ਜਿਹੜਾ ਚਹਿਲਗੋਤੀ ਉਹਨਾਂ ਨੇ ਮਤਲਬ ਉਦੋਂ ਬਰਾਤਾਂ ਥਾਈਆਂ ਥੂਈਆਂ 'ਚ ਨਹੀਂ ਤੀਆਂ, ਉਹ ਤਾਂ ਆਮ ਬਾੜਿਆਂ 'ਚ ਤਾਰਦੇ ਹੁੰਦੇ, ਜਿਵੇਂ ਆਪਣੇ ਆਮ ਪਿੰਡਾਂ 'ਚ ਰਾਜਸਥਾਨ 'ਚ ਬੱਕਰੀਆਂ ਦੇ ਬਾੜੇ ਹੁੰਦੇ ਨੇ, ਇਹਨਾਂ 'ਚ ਤਾਰਦੇ ਹੁੰਦੇ। ਹਾਂ, ਉੱਥੇ ਤਾਰੀਆਂ ਹੋਈਆਂ ਤੀਆਂ ਉਹਨਾਂ ਨੇ। ਜਿਹੜੇ ਮੁੰਡੇ ਵਿਆਹੁਣ ਵਾਲੇ ਤੇ ਉਹ ਤਾਂ ਬਾਹਰ ਕੱਢ ਲਏ ਉਹਨਾਂ ਨੇ ਚਹਿਲਾਂ ਨੇ, ਬਾਕੀ ਜਿਹੜੇ 6-7 ਭਾਈ ਰਹਿ ਗਏ, ਬਰਾਤ ਰਹਿ ਗਈ, ਉਹਨਾਂ ਬਾੜਿਆਂ ਨੂੰ ਉਹਨਾਂ ਨੇ ਅੱਗ ਲਾਤੀ। ਅੱਗ ਲਾਈ ਤੋਂ ਦੇਖ ਲੈ ਫਿਰ ਭਾਈ ਉਹ ਡਰ ਗਏ, ਜਿਹੜੇ ਆਪਦਾ ਬਚ ਕੇ ਕਿ ਕੋਈ ਕਿਵੇਂ ਭੱਜ ਕੇ ਕੋਈ ਕਿਵੇਂ, ਉਹ ਲੈ ਕੇ ਆਪਦੇ ਗੱਡੇ ਇੱਧਰ ਨੂੰ ਤੁਰ ਪਏ। ਜਦ ਉਹ ਇਸ ਜਗ੍ਹਾ 'ਤੇ ਆਏ ਸਾਡੇ ਪਿੰਡ ਮੀਮਸੇ 'ਚ, ਪਿੰਡ ਦੇ ਵਿਚਾਲੇ ਇੱਕ ਸਮਾਧ ਬਣੀ ਹੋਈ ਹੈ, ਤਾਂ ਜਦ ਉਹ ਆ ਕੇ ਉੱਥੇ ਗੱਡੇ 'ਤੇ ਧੁਰ ਟੁੱਟ ਗਈ, ਉਦੋਂ ਗੱਡੇ ਹੁੰਦੇ ਸੀਗੇ, ਜਾਂ ਧੁਰ ਟੁੱਟ ਗਈ ਤਾਂ ਉਹ ਕਹਿੰਦੇ ਵੀ ਆਪਾਂ ਮਾਨਾ ਤੋਂ ਪਵਾ ਲੈਂਦੇ ਹਾਂ, ਮਾਨਾ ਪਿੰਡ ਸਾਤੋਂ ਪਹਿਲਾਂ ਦਾ। ਉਹ ਕਹਿੰਦੇ ਨਹੀਂ ਤੁਸੀਂ ਚਲੋ ਵੀ ਅਸੀਂ ਪਵਾ ਕੇ ਆ ਜਾਵਾਂਗੇ। ਜਦੋਂ ਦੂਏ ਜਾਂ ਤੀਏ ਚੌਥੇ ਦਿਨ ਮੁੜ ਕੇ ਆਏ ਤਾਂ ਉਹਨਾਂ ਨੇ ਕਹਿੰਦੇ ਵੀ ਚਲੋ ਚੱਲੀਏ, ਵੀ ਤੂੰ ਉਰੇ ਇਕੱਲਾ ਹੀ ਕਿਵੇਂ ਰਹੇਗਾ। ਉਹ ਕਹਿੰਦਾ ਵੀ ਉਹਨੇ ਦੇਖਿਆ ਵੀ ਜਗ੍ਹਾ ਆਲੇ ਦੁਆਲੇ ਬੀਆਬਾਨ ਜਗ੍ਹਾ ਪਈ ਹੈ ਬਹੁਤ ਵਿਹਲੀ, ਵੀ ਆਪਾਂ ਆਪਦਾ ਉਰੇ ਪਿੰਡ ਵਸਾ ਲੈਂਦੇ ਹਾਂ, ਤਾਂ ਉਹ ਗਿਆ ਨਾ। ਉਹਨਾਂ ਨੇ ਜਾਣੀ ਉਹਨਾਂ ਨੂੰ ਫਿਰ ਇਹ ਕਹਿਤਾ ਵੀ ਭਾਈ ਤੁਹਾਡਾ, ਤੁਸੀਂ ਸਾਡੇ ਨਾਲ ਧੋਖਾ ਕਰ ਲਿਆ ਇਹ ਗੱਲ ਦਾ, ਵੀ ਚਲੋ ਅਸੀਂ ਤਾਂ ਗਾਹਾਂ ਵਗ ਜਾਵਾਂਗੇ ਕਿਤੇ, ਵੀ ਜਿਹੜਾ ਧੋਖਾ ਕਰਿਆ ਤੁਸੀਂ ਸਾਡੇ ਨਾਲ, ਵੀ ਤੁਹਾਡਾ ਪਿੰਡ 12 ਸਾਲ ਬਾਅਦ ਉੱਜੜ ਕੇ ਵਸਿਆ ਕਰੂੰਗਾ। ਤਾਂ ਹੁਣ ਜਾਣੀ ਜਿਹੜਾ ਸਾਡਾ ਰੰਧਾਵਾ ਗੋਤ ਹੈ, ਹੁਣ ਤਾਂ ਜਿਹੜੇ ਬਾਹਰੋਂ ਆਏ ਲੋਕ ਨੇ ਉਹ ਵੀ ਮੰਨਣ ਲੱਗ ਗਏ, ਪਰ ਪਹਿਲਾਂ ਅਸੀਂ ਰੰਧਾਵਾ ਗੋਤ ਇਕੱਲਾ ਮੰਨਦਾ ਸੀਗਾ ਇਸ ਗੱਲ ਨੂੰ। ਘਰੋਂ ਅਸੀਂ 7 ਮੰਡੇ ਲਾ ਕੇ ਨਾ ਲਾ ਕੇ ਲਿਜਾਂਦੇ ਹਾਂ, ਮਤਲਬ ਬਿਨਾਂ ਚੁੱਲ੍ਹੇ ਤੋਂ, ਜਿਵੇਂ ਆਪਾਂ ਟੋਆ ਜਾਂ ਪੱਟ ਲਈਏ ਉੱਥੇ ਅੱਗ ਜਾਲ ਕੇ, ਉਹ 7 ਮੰਡੇ ਲਾ ਕੇ ਲਿਆਉਂਦੇ ਹਾਂ, ਜਿਹੜੀਆਂ ਐਡੀਆਂ ਐਡੀਆਂ ਕੋ ਹੁੰਦੀਆਂ ਨੇ ਆਪਣੇ ਝੱਕਰੀਆਂ ਜਿਹੀਆਂ ਹੁੰਦੀਆਂ ਨੇ, ਹਾਂ ਉਹਦੇ 'ਚ ਅਸੀਂ 7 'ਚ ਅੱਡੋ ਅੱਡੀ ਚੀਜ਼ ਬਣਾ ਕੇ ਲਿਆਉਂਦੇ ਹਾਂ, ਕਿਸੇ 'ਚ ਖਿਚੜੀ, ਕਿਸੇ 'ਚ ਮੂੰਗੀ ਦੀ ਦਾਲ, ਕਿਸੇ 'ਚ ਕੁਛ, ਕਿਸੇ 'ਚ ਕੁਛ, ਉਹਨਾਂ ਨੂੰ ਉੱਤੋਂ ਲਿਪ ਕੇ ਲੈ ਕੇ ਜਾਂਦੇ ਹਾਂ ਅਸੀਂ ਟੋਕਰੇ ਦੇ ਵਿੱਚ ਧਰ ਕੇ, ਆਪਦੇ ਆਪ ਰਿਝਦੀਆਂ ਨੇ ਉਹ। ਬਾਕੀ ਗੱਲ ਇਹ ਹੈ ਜਦ ਅਸੀਂ ਉਹ ਲੈ ਕੇ ਜਾਂਦੇ ਹਾਂ, ਅਸੀਂ ਜਿਹੜੀ ਆਪਣੀ ਦੁੱਧ ਰਿੜਕਣ ਵਾਲਾ ਮਧਾਣੀ ਹੁੰਦੀ ਸੀ, ਮਧਾਣੀ, ਨੇਤੀ, ਇਹ ਸਭ ਕੁਝ ਨਾਲ ਲੈ ਕੇ ਜਾਂਦੇ ਹਾਂ ਹੁਣ ਵੀ।
वह असी उ जिथे समाध बनी है सा इतों तकरीबन मील बाट है सारी वो उत्थे तक जाने उदों तो समाध बनी हुई थी ये भी उत्थे चार किटा रख के ना मला ती करीर होंदे ते उत्थे मुड़े आउंदे ते ते उदों बाद फिर साढ़े पिंड दा सरपंच बलवंत सिंह चेयरमैन बनिया थी जदों सरपंच बनिया पढ़िया लिखिया मुंडा थी एम ए पढ़िया हुआ थी उन्हें कहा भी आपां इत्थे खंड पाठ कराओ एडा वड्डा पिंड है अपना भी आपां खंड पाठ कराया करिए साल बाद उन्हें इत्थे साफ सफाइया करा के खंड पाठ करा शुरू करता पहले साल तक खंड पाठ हो गया या दूजे साल खंड पाठ करा लगे रात को जिमें मिलटरी वाले के वो नहीं होंगे लाए हुए टेंट जे तंबू लाए होंगे ने वह भी लवाए हुए थे सब इंतजाम बथेरा करता वो जानी नेरी इन्नी आई और मीह पिया इन्ना उन्होंने तंबू तंबू सब पट के पर मारे तो जब उन्होंने देखा हाँ उन्होंने कहा भी ये तो गलत हो गया कम भी आप किसी पुछो भी क्यों वो करते हैं उन्होंने किसी पंडित को बुला के पुछया बलवंत सिंह ने भी ये गल की है वो कहिंदे जी भी गल है छोटा बजुर्ग छोटा तां नाराज हो गया भी मैंने तो 12 साल बाद कहा थी भी 12 साल बाद मैनू मनो भी पहला ना मैनू छेड़ो हुण उदू मगरों उत्थे साफ सफाइया करा के हुण तो बहुत वधिया मंदिर भी बन गया उत्थे दो समाधां भी बनिया हुई ने फिर इत्थे एक घर च बच्चा पैदा नहीं थी किसी दे हुंदा परले पासे घर है उन्हां दा गज्जण गज्जण के ने उन्हां दी समाध बाकायदा उत्थे बनी हुई है तो जिहड़ी उह समाध बनी हुई है उत्थे भी मत्था टेकदे ने और दूजी ते तां असीं टेकणा ही है सुखां बार आउंदियां ने तां हुण असीं 12 साल बाद फिर 12 साल बाद असीं दिन कढाउने आ गुरद्वारे च बोल के सारे पिंड दा इकट्ठ हुंदा है पंचायत होंदी है बाकी सारा पिंड होंदा है घर घर का बंदा उत्थे होंदा है दिन कढाउने असीं पंडित तो फिर जब दिन कढ़दा है पंडित उत्थे भाई गुड़ बंडदे आ असीं मत्था टेक ओह करके दिन कढ दिंदा है ओह कढ के फिर जिहदे सवा महीना रह जांदा है उरे भी हुण एक सवा महीना रह गया फिर जिहदे नूं आपां नगारा कहिंदे आ नगारा असीं दरवाजे दे उत्ते धर के वजाउंदे आ उदों दा मतलब वजाउंदे ते भाई ज्यादा हुण जानी जिहे जिहा जोर है मुंडिया च हुण भी वजाउंदे ने उदों बाबा जी अपने ना लॉसमेंट करन नूं जां कोई होर सुनेहा देण नूं कोई चीज़ है नहीं थी हाँ तो आपां नूं नगारे ते चोट ला के सारे पिंड नूं दसना पैंदा सी भी आह प्रोग्राम आ भाई कॉल पाउंदे थे ना नगारे दे विच उहदी सट्टे जद ऐ मारदे थे ना 12-12 मील सुणदी थी आले दुआले इन्नी थी हुण भी आवाज़ बहुत हुंदी है उहदी नाले बाबा जी हुण जिहड़े नौजवान ने ना उन्हां च जोर भी नहीं रहा नगारे वजाउण दा ओ हाँ असीं जानी ओह जिहड़ियां गल्लां ने ओकणे करदे आ नहीं जिद्दां ओह दिन आ जांदा है जिवें हुण 15 जून आऊगा एक हाड़ आऊगा बुधवार दिन है एक बुधवार दिन है एक हाड़ है 15 जून है उदे फिर असीं आ चीज़ां ले के उत्थे जावांगे जिहड़ा टोकरा चक के लिजाऊगा वह मुंडे का मामा चक के लिजांदा है उत्थे उत्थे जाके मत्था टेकदे आ मुंडा जिहड़ा 12 साल तो छोटा हुंदा है ना जिहड़ा 12 साल दे अंदर जम्मिया हुंदा है उहदी लट कटदे ने उहदे विच दी कढ के उरों गभ्यों मतलब चार कबाल कढ के चाचे नूं सवा किलो घिओ दिंदे आ मामे नूं इक भेली गुड़ दी उत्थों जिहड़ा लट कटदा नाई हुंदा है ਉਹਨੂੰ ਉਦੋਂ ਤਾਂ ਰੁਪਈਆ 2 ਰੁਪਈਏ ਹੁੰਦੇ ਹੁਣ ਚੱਲ ਜਿਹੀ ਜੀ ਪਰੋਖੋਂ ਹੈ ਉਨੇ ਪੈਸੇ ਦੇ ਦਿੰਦਾ ਅਗਲਾ ਠੀਕ ਹੈ ਨਹੀਂ ਜਣੀ ਨਾਨਕਿਆਂ ਦਾ ਅਤੇ ਨਾਈ ਦਾ ਵੀ ਪੂਰਾ ਮਾਣ ਤਾਣ ਕੀਤਾ ਜਾਂਦਾ ਹਾਂ ਨਾ ਨਾ ਠੀਕ ਹੈ ਜੀ ਕਿਉਂਕਿ ਜਿਹੜਾ ਹੁਣ ਤਾਂ ਟੂਮਾਂ ਤੱਕ ਪਾਉਂਦੇ ਹਾਂ ਜਿਵੇਂ ਆਪਾਂ ਵਿਆਹ ਸ਼ਾਦੀਆਂ ਨੂੰ ਪਾਉਂਦੇ ਹਾਂ ਉਹ ਕੁਣ ਸਾਡੇ ਹੁਣ ਟੂਮਾਂ ਵੀ ਪਾਉਂਦੇ ਨੇ ਸਭ ਕੁਛ ਕਰਦੇ ਨੇ ਤੈਨੂੰ ਮੈਂ ਦੱਸਾਂ ਤੁਸੀਂ ਸਾਹਮਣੇ ਇੱਕ ਸਮਾਧ ਬਣੀ ਹੋਈ ਦੇਖ ਰਹੇ ਹੋ ਸਾਨੂੰ ਉੱਥੋਂ ਲਿਖਿਆ ਹੋਇਆ ਉਹਦੇ 'ਤੇ ਦਿਖ ਰਿਹਾ ਸਮਾਧ ਬਾਬਾ ਮੋਹਕਮ ਸਿੰਘ ਰੰਧਾਵਾ ਪਿੰਡ ਮੀਮਸਾ ਦੂਰ ਹਾਂ ਅਸੀਂ ਥੋੜ੍ਹਾ ਹਜੇ ਜਦੋਂ ਨੇੜੇ ਜਾਵਾਂਗੇ ਤੁਸੀਂ ਵੀ ਸਾਫ਼ ਸਾਫ਼ ਸ਼ਬਦਾਂ ਦੇ ਵਿੱਚ ਲਿਖਿਆ ਹੋਇਆ ਪੜ੍ਹ ਲਉਂਗੇ ਪਿੰਡ ਵਾਲੇ ਦੱਸਦੇ ਨੇ ਕਿ ਪੂਰੇ 12 ਸਾਲਾਂ ਬਾਅਦ ਇਹ ਪਿੰਡ ਉੱਜੜਦਾ ਵੀ ਆ ਅਤੇ ਵੱਸਦਾ ਵੀ ਆ ਹੁਣ ਤੁਸੀਂ ਦੇਖ ਲਓ ਸਪਸ਼ਟ ਇੱਥੇ ਲਿਖਿਆ ਹੋਇਆ ਦਿਖ ਰਿਹਾ ਸਮਾਧ ਬਾਬਾ ਮੋਹਕਮ ਸਿੰਘ ਰੰਧਾਵਾ ਜੀ ਇਹਨਾਂ ਨੇ ਪਿੰਡ ਮੀਮਸਾ ਬੰਨਿਆ ਸੀ ਜਿਹੜੀ ਸਦੀਆਂ ਪਹਿਲਾਂ ਦੀ ਗੱਲ ਹੈ
ਇੱਥੋਂ ਦੇ ਲੋਕ ਦੱਸਦੇ ਨੇ ਕਿ ਇਸ ਬਜ਼ੁਰਗ ਨੇ ਇਸ ਮੀਮਸਾ ਪਿੰਡ ਨੂੰ ਬੰਨਿਆ ਸੀ ਅਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਉੱਥੇ ਦੀਆਂ ਖੇਤਾਂ ਦੇ ਵਿੱਚ ਆ ਪਿੰਡ ਤੋਂ ਕਾਫੀ ਦੂਰ ਮੀਮਸਾ ਪਿੰਡ ਦੇ ਵਿੱਚ ਇਹ ਹੈਗਾ ਖੇਤਾਂ ਦੇ ਵਿੱਚ ਇਹ ਸਮਾਧ ਬਣੀ ਹੋਈ ਆ ਇਸ ਪਿੰਡ ਮੀਮਸਾ ਦੇ ਲੋਕਾਂ ਦੀ ਇੱਕ ਮਾਨਤਾ ਜਾਂ ਉਹਨਾਂ ਦਾ ਮੰਨਣਾ ਕਿ ਪਿੰਡ ਮੀਮਸਾ 12 ਸਾਲਾਂ ਬਾਅਦ ਉੱਜੜ ਕੇ ਵੱਸਦਾ ਖੇਤਾਂ ਦੇ ਵਿੱਚ ਇਹ ਜਗ੍ਹਾ ਇੱਕ ਬਣੀ ਹੋਈ ਆ ਰੰਧਾਵੇ ਗੋਤ ਦੇ ਲੋਕ ਇਸ ਨੂੰ ਪੂਜਦੇ ਨੇ ਉਹਨਾਂ ਦਾ ਪੂਜਣ ਸਥਾਨ ਹੈ ਵੱਖ ਵੱਖ ਪਿੰਡਾਂ ਦੇ ਵਿੱਚ ਇੱਕ ਨਗਰ ਖੇੜੇ ਹੁੰਦੇ ਨੇ ਨਗਰ ਖੇੜੇ ਭਾਵ ਜਿਨ੍ਹਾਂ ਨੇ ਪਿੰਡ ਨੂੰ ਬੰਨਿਆ ਹੁੰਦਾ ਜਾਂ ਪਿੰਡ ਨੂੰ ਵਸਾਇਆ ਹੁੰਦਾ ਇਹ ਸਦੀਆਂ ਪਹਿਲਾਂ ਦੀ ਗੱਲ ਹੈ ਕਿ ਇਸ ਪਿੰਡ ਨੂੰ ਵਸਾਇਆ ਭਾਈ ਮੋਹਕਮ ਸਿੰਘ ਬਾਬਾ ਮੋਹਕਮ ਸਿੰਘ ਲਿਖਦੇ ਆ ਪਿੰਡ ਵਾਲੇ ਰੰਧਾਵਾ ਪਰਿਵਾਰ ਦੇ ਵਿੱਚੋਂ ਹੈਗੇ ਨੇ ਇਹ ਕਰੀਰ ਹੈ ਇੱਥੇ ਇੱਕ ਇਸ ਕਰੀਰ ਦੀ ਵੀ ਇਹ ਲੋਕ ਪੂਜਾ ਕਰਦੇ ਨੇ ਮੰਨਦੇ ਨੇ ਤੇ ਇਸ ਪਿੰਡ ਦਾ ਜਿਹੜਾ ਦੱਸਣ ਮੁਤਾਬਕ ਹੈ ਵੀ ਉੱਜੜਨਾ ਵਸਣਾ ਉਹ ਕਿੰਨਾ ਕੁ ਸੱਚ ਆ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਤੇ ਨਾ ਹੀ ਅਸੀਂ ਸਾਡੇ ਦਰਸ਼ਕਾਂ ਨੂੰ ਕੋਈ ਸਪਸ਼ਟੀਕਰਨ ਦੇਣਾ ਚਾਹੁੰਦੇ ਹਾਂ ਇਹ ਪ੍ਰੋਗਰਾਮ ਸਿਰਫ ਤੇ ਸਿਰਫ ਇੱਕ ਦਿਖਾ ਰਹੇ ਹਾਂ ਕਿ ਪੰਜਾਬ ਦੇ ਕੁਛ ਅਜਿਹੇ ਪਿੰਡ ਵੀ ਨੇ ਜਿਨ੍ਹਾਂ ਦਾ ਕੋਈ ਨਾ ਕੋਈ ਇਤਿਹਾਸ ਹੈਗਾ ਉਹ ਕਾਗਜ਼ਾਂ ਦੇ ਵਿੱਚ ਭਾਵੇਂ ਨਾ ਹੋਵੇ ਸਰਕਾਰੀ ਦਰਬਾਰੇ ਕਾਗਜ਼ ਨਾ ਹੋਵੇ ਕਾਗਜ਼ਾਂ ਦੇ ਵਿੱਚ ਉਹ ਦਰਖਾਸਤ ਜਾਂ ਨਾ ਲਿਖਿਆ ਹੋਵੇ ਪਰ ਪਿੰਡ ਦੇ ਲੋਕਾਂ ਦੀ ਜ਼ਬਾਨੀ ਚੜ੍ਹਿਆ ਹੋਇਆ ਇਤਿਹਾਸ ਹੁੰਦਾ ਉਹ ਇਤਿਹਾਸ ਅਸੀਂ ਤੁਹਾਨੂੰ ਪਿੰਡ ਦੇ ਲੋਕਾਂ ਤੋਂ ਵੀ ਸੁਣਾਇਆ ਬਜ਼ੁਰਗਾਂ ਨੇ ਕਾਫੀ ਗੱਲਾਂ ਦੱਸੀਆਂ ਨੇ ਕਿ ਮੀਮਸਾ ਪਿੰਡ ਕਿਵੇਂ ਵਸਿਆ ਕਿਵੇਂ ਫਿਰ ਉਹ ਉੱਜੜਦਾ ਕਿ ਉਹ ਇੱਕ ਸਰਾਪ ਸੀ ਸਰਾਪ ਦੇ ਡਰੋਂ ਹੀ ਲੋਕ ਪੂਰੇ 12 ਸਾਲਾਂ ਦੇ ਬਾਅਦ ਪਿੰਡ ਛੱਡ ਕੇ ਚਲੇ ਜਾਂਦੇ ਨੇ ਦੂਜੇ ਪਿੰਡ ਦੀ ਜੂਹ ਵਿੱਚ ਦਾਖਲ ਹੁੰਦੇ ਨੇ ਇਹ ਉਹ ਜਗ੍ਹਾ ਇਹ ਦੂਜੇ ਪਿੰਡ ਦੀ ਜੂਹ ਵਾਂਗੂ ਹੀ ਬਣ ਜਾਂਦੀ ਆ ਪਿੰਡ ਤੋਂ ਕਾਫੀ ਦੂਰ ਹੈ ਇੱਥੇ ਆ ਕੇ ਲੋਕ ਉਹ ਮਾਨਤਾ ਆਪਦੀ ਮੰਨਦੇ ਨੇ ਜਾਂ ਕੁਛ ਸਮਾਂ ਠਹਿਰਦੇ ਨੇ ਸਮਾਂ ਗੁਜ਼ਾਰਦੇ ਨੇ ਤਾਂ ਫਿਰ ਸ਼ਾਮਾਂ ਨੂੰ ਵਾਪਸ ਆਪਣੇ ਘਰ ਚਲੇ ਜਾਂਦੇ ਨੇ ਘਰ ਜਾ ਕੇ ਫਿਰ ਉਹੀ ਆਮ ਲੋਕਾਂ ਦੀ ਜ਼ਿੰਦਗੀ ਜਿਉਂਦੇ ਨੇ ਜਿਵੇਂ ਪਰਿਵਾਰ ਇੱਕ ਤਿਉਹਾਰ ਮਨਾਉਂਦਾ ਉਹ ਤਿਉਹਾਰ ਨੂੰ ਮਨਾਉਂਦੇ ਨੇ ਦੂਰੋਂ ਦੂਰੋਂ ਰਿਸ਼ਤੇਦਾਰ ਵੀ ਆਉਂਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਇਹਨਾਂ ਦੇ ਬੱਚੇ ਵੀ ਆਉਂਦੇ ਨੇ ਅੱਜ ਅਸੀਂ ਮੇਰੀ ਚੈਨਲ ਦੀ ਪੂਰੀ ਟੀਮ ਨੇ ਇਸ ਜਗ੍ਹਾ ਨੂੰ ਕਵਰ ਕੀਤਾ ਤੁਹਾਨੂੰ ਦਿਖਾਇਆ ਅਤੇ ਵਾਰ ਵਾਰ ਅਸੀਂ ਇਸ ਗੱਲ ਦਾ ਜ਼ਿਕਰ ਕਰਦੇ ਹਾਂ ਕਿ ਸਾਡਾ ਮਕਸਦ ਕਿਸੇ ਪਖੰਡਵਾਦ ਨੂੰ ਜਾਂ ਕਿਸੇ ਵਹਿਮਾਂ ਭਰਮਾਂ ਨੂੰ ਬੜਾਵਾ ਦੇਣਾ ਨਹੀਂ ਹੈ ਪਰ ਲੋਕਾਂ ਦੀ ਪਿੰਡ ਮੀਮਸਾ ਜ਼ਿਲ੍ਹਾ ਸੰਗਰੂਰ ਧੂਰੀ ਦੇ ਨੇੜੇ ਪਿੰਡ ਆ ਉਹਨਾਂ ਲੋਕਾਂ ਦੀ ਇੱਕ ਆਸਥਾ ਉਹ ਆਸਥਾ ਅਸੀਂ ਸਾਡੇ ਪੰਜਾਬ ਦੇ ਲੋਕਾਂ ਨੂੰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਦਿਖਾਈ ਆ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਆਪਣਾ ਚੈਨਲ ਮੇਰੇ ਸਹਿਯੋਗੀ ਦਰਸ਼ਨ ਸਿੰਘ ਛਾਜਲੀ ਅਤੇ ਪਾਲ ਪਲਾਸੌਰ ਦੇ ਨਾਲ ਅਸੀਂ ਇੱਥੇ ਆਏ ਹਾਂ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਆਪਣਾ ਚੈਨਲ ਇਹ ਤੁਸੀਂ ਨਗਾਰਾ ਇੱਥੇ ਦੇਖ ਰਹੇ ਹੋ ਇਹ ਉਹ ਨਗਾਰਾ ਹੈ ਜਿਹੜਾ ਮੀਮਸਾ ਪਿੰਡ ਦੇ ਵਿੱਚ ਇਹ ਜਿਹੜਾ ਤਿਉਹਾਰ 12 ਸਾਲ ਬਾਅਦ ਮਨਾਇਆ ਜਾਂਦਾ ਇਹਨੂੰ ਇੱਕ ਮਹੀਨਾ ਕਹਿੰਦੇ ਪਿੰਡ ਵਾਲਿਆਂ ਦੱਸਣ ਮੁਤਾਬਕ ਬਜਾਇਆ ਜਾਂਦਾ ਔਰ ਇਹ ਪਿੰਡ ਬੰਨੇ ਨੂੰ ਕਾਫੀ ਸਮਾਂ ਕਈ ਸਦੀਆਂ ਦੀ ਗੱਲ ਦੱਸਦੇ ਨੇ ਮੋਹਕਮ ਸਿੰਘ ਦੁਆਰਾ ਰੰਧਾਵਾ ਪਰਿਵਾਰ ਸੀ ਉਹਨਾਂ ਵੱਲੋਂ ਵਸਾਇਆ ਗਿਆ ਪਿੰਡ ਹੈ ਇਹ ਅਤੇ ਇਹ ਨਗਾਰਾ ਵੀ ਉਸ ਸਮੇਂ ਤੋਂ ਹੀ ਵੱਜਦਾ ਆ ਰਿਹਾ ਦੱਸਣ ਮੁਤਾਬਕ ਇਹ 12 ਸਾਲਾਂ ਬਾਅਦ ਇਹ ਪਿੰਡ ਉੱਜੜਦਾ ਪਿੰਡ ਉੱਜੜਦਾ ਕਿਉਂ ਆ ਅਸੀਂ ਤੁਹਾਨੂੰ ਕਾਫੀ ਗੱਲਾਂ ਸੁਣਾਈਆਂ ਨੇ ਅਤੇ ਉਮੀਦ ਕਰਦਾ ਤੁਹਾਨੂੰ ਇਹ ਸਾਰੀਆਂ ਇਹਨਾਂ ਲੋਕਾਂ ਦੀਆਂ ਜਿਹੜੀਆਂ ਦੱਸੀਆਂ ਹੋਈਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਪਰ ਪੰਜਾਬ ਟੀਵੀ ਆਪਣਾ ਚੈਨਲ ਇਹ ਸਪਸ਼ਟੀਕਰਨ ਨਹੀਂ ਦਿੰਦਾ ਕਿ ਇਹਦੇ 'ਚ ਕਿੰਨੀ ਸੱਚਾਈ ਹੈ ਕੀ ਝੂਠ ਹੈ ਪਰ ਇਹ ਪਿੰਡ ਬਾਲਿਆਂ ਦੇ ਦੱਸਣ ਮੁਤਾਬਕ ਉਹਨਾਂ ਦੀ ਇੱਕ ਆਸਥਾ ਉਸ ਰੰਧਾਵਾ ਪਰਿਵਾਰ ਦੇ ਲੋਕ ਇਸ ਨੂੰ ਮਨਾਉਂਦੇ ਨੇ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਆਪਣਾ ਚੈਨਲ ਮੇਰੇ ਸਹਿਯੋਗੀ ਦਰਸ਼ਨ ਸਿੰਘ ਅਤੇ ਪਾਲ ਪਲਾਸ